ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਲੁਧਿਆਣਾ ਪੁਲਿਸ ਹਿਰਾਸਤ 'ਚ ਦਿਖ ਰਹੇ ਧਰਮਿੰਦਰ ਨਾਮਕ ਇਸ ਸ਼ਖਸ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਮੁਕੱਦਮੇ ਦਰਜ ਹੋਏ, ਜਿਨ੍ਹਾਂ ਦੇ ਵਿੱਚ ਚੋਰੀ, ਸਨੇਚਿੰਗ, ਇੱਥੋਂ ਤੱਕ ਕਿ ਲੁੱਟ ਦੀਆਂ ਵਾਰਦਾਤਾਂ ਦੇ ਮੁਕੱਦਮੇ ਵੀ ਸ਼ਾਮਲ ਸੀ। ਜਨਾਬ ਨੇ ਜਾਲੀ ਕਰੰਸੀ ਦਾ ਧੰਦਾ ਵੀ ਕੀਤਾ। ਇਹ ਕੁਛ ਕਰਕੇ ਵੀ ਢਿੱਡ ਨਹੀਂ ਭਰਿਆ ਅਤੇ ਜਨਾਬ ਹੁਣ ਚਿੱਟੇ ਦੇ ਧੰਦੇ 'ਚ ਪੈ ਗਏ ਅਤੇ ਇਹ ਧੰਦਾ ਖੂਬ ਚੱਲ ਗਿਆ। 7 ਲੱਖ ਰੁਪਏ ਦੀ ਨਕਦੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਨਾਂ ਦੀ ਕਮਾਈ ਕਿੰਨੀ ਸੀ। ਜੇਕਰ ਲੁਧਿਆਣਾ ਪੁਲਿਸ ਦੀ ਮੰਨੀਏ ਤਾਂ ਇਸ ਸ਼ਖਸ ਦੇ ਉੱਤੇ ਕਈ ਮੁਕੱਦਮੇ ਦਰਜ ਸੀ, ਜਿਨ੍ਹਾਂ ਦੇ ਵਿੱਚ ਜਾਲੀ ਕਰੰਸੀ ਵਰਗੇ ਮੁਕੱਦਮੇ ਵੀ ਸ਼ਾਮਲ ਸੀ। ਇਹੀ ਨਹੀਂ, ਇਹ ਜਨਾਬ ਇੱਕ ਵਾਰ ਲੁਧਿਆਣਾ ਜੇਲ੍ਹ 'ਚੋਂ ਫਰਾਰ ਵੀ ਹੋ ਗਏ। ਇਹ ਸ਼ਖਸ ਇੰਨਾ ਸ਼ਾਤਰ ਸੀ ਕਿ ਇਸ ਨੇ ਪਤਾ ਲਗਾਇਆ ਕਿ ਪੁਲਿਸ ਦੀਆਂ ਵਰਦੀਆਂ ਕਿੱਥੇ ਪ੍ਰੈਸ ਹੁੰਦੀਆਂ, ਉੱਥੋਂ ਵਰਦੀ ਚੱਕ ਕੇ ਇਹ ਜੇਲ੍ਹ 'ਚੋਂ ਪਾ ਕੇ ਫਰਾਰ ਹੋ ਗਿਆ, ਜਿਸ ਨਾਲ ਪਤਾ ਨਹੀਂ ਲੱਗਿਆ ਕਿ ਜੇਲ੍ਹ ਦੇ ਬਾਹਰ ਕੈਦੀ ਜਾ ਰਿਹਾ ਕਿ ਪੁਲਿਸ ਵਾਲਾ। ਤੁਸੀਂ ਆਪ ਹੀ ਸੁਣੋ, ਲੁਧਿਆਣਾ ਦੇ DCP ਗਗਨ ਅਜੀਤ ਸਿੰਘ ਖੁਦ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਇਸ ਸ਼ਖਸ ਨੂੰ ਚਿੱਟੇ ਦੇ ਨਾਲ ਨਾਲ 7 ਲੱਖ ਰੁਪਏ ਤੋਂ ਵੀ ਜ਼ਿਆਦਾ ਨਕਦੀ ਅਤੇ ਇੱਕ ਲਗਜ਼ਰੀ ਗੱਡੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਨੇ 3 ਲੱਖ ਰੁਪਏ ਦੇ ਕੇ ਗੱਡੀ ਫਾਇਨਾਂਸ ਕਰਵਾਈ ਸੀ। ਤੁਸੀਂ ਆਪ ਹੀ ਸੁਣ ਲਵੋ। ਇਹਦੇ ਵਿੱਚ ਇੱਕ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਧਰਮਿੰਦਰਪਾਲ ਪ੍ਰੂਫ ਟਿੰਕੂ ਨਾਂ ਦਾ ਬੰਦਾ, ਜਿਹੜਾ ਕਿ ਬੜੀ ਦੇਰ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ, ਸਾਡੇ ਕੋਲ ਇਨਫੋਰਮੇਸ਼ਨ ਆਈ। ਉਹਦੇ ਵਿੱਚ ਅਸੀਂ ADCP ਕ੍ਰਾਈਮ ਜਗਤਪ੍ਰੀਤ ਦੇ ਹੇਠਾਂ ਟੀਮਾਂ ਬਣਾਈਆਂ, ਜਿਹਦੀ ਸੁਪਰੀਵਿਜ਼ਨ ACP ਜਿਹੜੇ ਨਾਰਕੋਟਿਕ ਹੈ ਰਾਜਕੁਮਾਰ, ਉਹਨਾਂ ਨੇ ਥੱਲੇ 2 ਇੰਸਪੈਕਟਰ ਸਪੈਸ਼ਲ ਸੈੱਲ ਦੇ ਰਾਜੇਸ਼ ਅਤੇ CIA 2 ਦੇ ਇੰਚਾਰਜ, ਉਹਨਾਂ ਨੇ ਇੱਕ ਨਾਕੇ 'ਤੇ ਤਾਜਪੁਰ ਰੋਡ ਦੀ ਸਾਈਡ 'ਤੇ ਜਦੋਂ ਗੱਡੀ ਰੋਕੀ ਇਨਫੋਰਮੇਸ਼ਨ ਦੇ ਨਾਕੇ 'ਤੇ ਆਧਾਰ 'ਤੇ, ਉਹਦੇ ਕੋਲੋਂ 1 ਕਿਲੋ ਹੈਰੋਇਨ ਅਤੇ 7.5 ਲੱਖ ਰੁਪਇਆ ਡਰੱਗ ਮਨੀ ਰਿਕਵਰ ਹੋਈ ਹੈ। ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਡਿਟੇਲ ਦੇ ਵਿੱਚ, ਜਦੋਂ ਪਤਾ ਲੱਗਿਆ ਉਹਦੇ 'ਤੇ ਆਲਰੇਡੀ 10 ਮੁਕੱਦਮੇ ਵੱਖਰੇ ਵੱਖਰੇ ਧਾਰਾਵਾਂ ਦੇ ਦਰਜ ਹੈ, ਕੁਛ ਆਰਮਸ ਐਕਟ 'ਚ ਹੈ, ਕੋਈ 382 'ਚ ਹੈ, ਕੁਛ ਪਹਿਲੇ NDPS ਦੇ ਹੈ, ਜਾਲੀ ਕਰੰਸੀ ਦੇ ਪਰਚੇ ਦਰਜ ਹੈ, ਕਿਸੇ 'ਚ ਸਜ਼ਾ ਕੱਟਿਆ ਹੈ ਅਤੇ ਕਿਸੇ ਦੇ ਵਿੱਚ 1-2 'ਚ PO ਚੱਲ ਰਿਹਾ, ਬਾਕੀ ਦੇ ਕੇਸ ਚੱਲ ਰਹੇ ਆ। ਇਹਦੇ ਕੋਲ MG ਨਾਲ MG ਮੋਟਰਸ ਦੀ ਨਵੀਂ ਗੱਡੀ ਜਿਹੜੀ ਆਈ ਹੈ ਉਹ ਵੀ ਰਿਕਵਰ ਹੋਈ ਹੈ, ਜਿਹੜੀ ਕਿੰਨੇ ਡਰੱਗ ਮਨੀ ਤੋਂ 3 ਲੱਖ ਰੁਪਇਆ ਦੇ ਕੇ ਲੋਨ 'ਤੇ ਲਿੱਤੀ ਸੀ। ਹੁਣ ਇਹਦਾ ਸਾਨੂੰ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ, ਜਦੋਂ ਕਿ ਜੋ ਉਹਨਾਂ ਦੀ ਅਗਲੀ ਪੁੱਛਗਿੱਛ ਹੈ ਵੀ ਕਿੱਥੋਂ ਇਹ ਡਰੱਗ ਲੈ ਕੇ ਆਉਂਦਾ ਹੈ ਅਤੇ ਅੱਗੇ ਕਿੱਥੇ ਦਿੰਦਾ, ਉਹ ਡਿਟੇਲ ਦੇ ਵਿੱਚ ਹੁਣ ਪੁੱਛਗਿੱਛ ਕਰਕੇ ਉਹਨਾਂ 'ਤੇ ਵੀ ਰੇਡ ਕੀਤਾ ਜਾਊਗਾ। ਇਹਦੇ 'ਚ ਕਾਫੀ ਪੁਰਾਣਾ ਜਿਹੜਾ ਸੁੱਖਾ ਬਾੜੇਵਾਲ ਵਾਲਾ ਜਿਹੜਾ ਗੈਂਗਸਟਰ ਸੀਗਾ ਉਹਦੇ ਨਾਲ ਇੱਕ ਪਰਚੇ 'ਚ ਇਨਵੋਲਵ ਸੀਗਾ, ਅੰਡਰ ਸੈਕਸ਼ਨ 382 ਦਾ ਸੀਗਾ ਸਰਾਭਾ ਨਗਰ ਦਾ, ਉਹਦੇ ਵਿੱਚ 3-4 ਸਾਲ ਸਜ਼ਾ ਕੱਟ ਗਿਆ। ਸਾਰੀ ਤਰ੍ਹਾਂ ਦੀ ਹੈ, ਹਰੇਕ ਅੰਡਰ ਸੈਕਸ਼ਨ ਦੇ ਧਾਰਾਵਾਂ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਕੇਸ ਦਰਜ ਹੈ ਇਹਦੇ 'ਤੇ, ਕੁਛ ਗੁਰਦਾਸਪੁਰ ਆਰਮਸ ਐਕਟ ਦਾ ਪਰਚਾ ਦਰਜ ਹੈ ਉਹਦੇ 'ਚ ਵੀ, ਇਹ ਸਜ਼ਾ ਕੱਟ ਗਿਆ ਹੈ, ਕੁਛ ਜਾਲੀ ਕਰੰਸੀ ਦੇ ਹੈ, ਨਸ਼ੇ ਦੇ ਵੱਖਰੇ ਵੱਖਰੇ ਧਾਰਾਵਾਂ। ਇਹ ਇੱਕ ਵਾਰੀ 2008 'ਚ ਉਹ ਜੇਲ੍ਹ 'ਚ ਵੀ ਭੱਜ ਗਿਆ ਸੀਗਾ, ਉੱਥੇ ਪੁਲਿਸ ਦੀ ਵਰਦੀ ਇਹਨੇ ਦੇਖਿਆ ਜਿੱਥੇ ਪ੍ਰੈਸ ਹੁੰਦੀਆਂ ਉੱਥੋਂ ਪਾ ਕੇ ਅਤੇ ਭੱਜ ਗਿਆ ਸੀਗਾ, ਡਿਊਟੀ ਤੋਂ ਸਲਿੱਪ ਕਰ ਗਿਆ ਸੀ, ਬਾਅਦ 'ਚੋਂ ਇਹ ਫੜਿਆ ਗਿਆ ਸੀਗਾ ਅਤੇ ਉਹਦੇ 'ਚ ਵੀ ਇਹ ਸਜ਼ਾ ਕੱਟ ਗਿਆ। ਉਹ ਹੁਣ ਦੇਖ ਕੇ ਦੱਸਾਂਗੇ।